ਸਸ਼ੀਕਲ ਦੋਸਤ ਇਸ ਵੀਡੀਓ ਵਿੱਚ ਜਾਣਕਾਰੀ ਦਵਾਂਗਾ ਕਿ ਤੁਸੀਂ ਆਪਣੀ ਨਜ਼ਦੀਕੀ ਕਰੋਨਾ ਪੇਸ਼ੈਂਟ ਤੋਂ ਕਿੰਨੀ ਦੂਰੀ ਤੇ ਹੋ ਇਸ ਦੇ ਲਈ ਕੋਵਾ ਐਪਲੀਕੇਸ਼ਨ ਇੰਸਟਾਲ ਕਰੋ ਲਿੰਕ ਡਿਸਕ੍ਰਿਪਸ਼ਨ ਵਿੱਚ ਹੈ ਇਸ ਦੇ ਵਿੱਚ ਨਿਆ ਅਪਡੇਟ ਆਇਆ ਹੈ ਉਸ ਦੇ ਬਾਰੇ ਵੀ ਜਾਣਕਾਰੀ ਦੇਵਾਂਗਾ ਚੈੱਕ ਹੈਲਥ ਸਟੇਟਸ ਜੋ ਕਿ ਨਿਊ ਅਪਡੇਟ ਹੈ ਇਸ ਦੇ ਉੱਤੇ ਕਲਿੱਕ ਕਰਦੇ ਹੋ ਇਸ ਦੇ ਉੱਤੇ ਕਲਿੱਕ ਕਰਨ ਤੋਂ ਬਾਅਦ ਜੋ ਫਰਸਟ ਆਪਸ਼ਨ ਆਉਂਦੀ ਹੈ ਕਿ ਪਤ ਤੁਸੀਂ 15 ਜਨਵਰੀ ਤੋਂ ਬਾਅਦ ਇੰਡੀਆ ਦੇ ਵਿੱਚ ਆਇਓ ਕਿਸੇ ਬਾਹਰੀ ਕੰਟਰੀ ਤੋਂ ਜਾਂ ਫਿਰ ਤੁਸੀਂ ਕਿਸੇ ਬਾਹਰੀ ਕੰਟਰੀ ਤੋਂ ਆਏ ਬੰਦੇ ਦੇ ਨਾਲ ਕੰਟੈਕਟ ਵਿੱਚ ਆਇਓ ਕਿ ਤੁਹਾਨੂੰ ਖੰਗ ਹੈ ਕਿ ਤੁਸੀਂ ਬੁਖਾਰ ਨਾਲ ਪੀੜਤ ਹੋ ਕਿ ਤੁਹਾਨੂੰ ਲੈਨ ਵਿੱਚ ਪ੍ਰੋਬਲਮ ਹੈ ਜਾਂ ਫਿਰ ਤੁਸੀਂ ਘਰ ਦੇ ਵਿੱਚ ਇਕਾਂਤ ਵਾਸ ਵਿੱਚ ਹੋ ਸੇ ਇਹ ਤੁਸੀਂ ਕਿਸੇ অপਸ਼ਨ ਦੇ ਉੱਤੇ ਕਲਿੱਕ ਕਰਕੇ ਚੈੱਕ ਫੋਰ ਕੋਰੋਨਾ ਕੇਅਰ ਲਈ ਕਲਿੱਕ ਕਰਕੇ ਹੈਲਥ ਸਟੇਟਸ ਆਪਣਾ ਚੈੱਕ ਕਰ ਸਕਦੇ ਹੋ ਜੋ ਕਿ ਇਸਕੋਵ ਐਪਲੀਕੇਸ਼ਨ ਦਾ ਨਿਊ ਅਪਡੇਟ ਹੈ ਇਹ ਐਪ ਸਰਕਾਰ ਦਾ ਬਹੁਤ ਹੀ ਚੰਗਾ ਉਪਰਾਲਾ ਹੈ ਅਫਵਾਹਾਂ ਤੋਂ ਬਚਣ ਲਈ ਤੇ ਸਹੀ ਜਾਣਕਾਰੀ ਲੈਣ ਲਈ ਤੁਸੀਂ ਇਹ ਐਪਲੀਕੇਸ਼ਨ ਆਪਣੇ ਫੋਨ ਦੇ ਵਿੱਚ ਜਰੂਰ ਇੰਸਟਾਲ ਕਰੋ ਜੇਕਰ ਤੁਸੀਂ ਹਲੇ ਤੱਕ ਇੰਸਟਾਲ ਨਹੀਂ ਕੀਤੀ ਹੈ ਤੇ ਲਿੰਕ ਮੈਂ ਆਲਰੇਡੀ ਸੋ ਇਸ ਵਿੱਚ ਦੂਸਰਾ ਜੋ ਨਿਊ ਅਪਡੇਟ ਹੈ ਫਾਈਂਡ ਨੀਅਰੈਸਟ ਕੋਵਿਡ 19 ਪੇਸ਼ੈਂਟ ਤੁਸੀਂ ਆਪਣੀ ਨਜ਼ਦੀਕੀ ਕਿਸੇ ਵੀ ਕਰੋਨਾ ਪੇਸ਼ੈਂਟ ਤੋਂ ਕਿੰਨੀ ਦੂਰੀ ਤੇ ਹੋ ਇਹ ਜਾਣ ਸਕਦੇ ਹੋ ਇਸ ਦੇ ਲਈ ਤੁਹਾਨੂੰ ਆਪਣੇ ਫੋਨ ਦੇ ਵਿੱਚ ਲੋਕੇਸ਼ਨ ਜੋ ਆਪਣੀ ਔਨ ਕਰਨੀ ਪੈਗੀ ਫੋਨ ਦੀ ਲੋਕੇਸ਼ਨ ਔਨ ਕੀਤੇ ਬਿਨਾ ਤੁਸੀਂ ਇਹ ਨਹੀਂ ਜਾਣ ਸਕਦੇ ਪਹਿਲਾਂ ਆਪਣੇ ਫੋਨ ਦੀ ਲੋਕੇਸ਼ਨ ਔਨ ਕਰੋ ਦੈਨ ਕਲਿੱਕ ਕਰੋ ਫਾਈਂਡ ਨੀਅਰੈਸਟ ਕੋਵਿਡ 19 ਪੇਸ਼ੈਂਟ ਸੋ ਜਿਵੇਂ ਹੁਣ ਮੈਂ ਕਲਿੱਕ ਕੀਤਾ ਤੇ ਇਹ ਮੈਨੂੰ ਇੱਥੋਂ ਦੱਸ ਰਹੇ ਨੇ ਕਿ 5.54 ਕਿਲੋਮੀਟਰ ਦੂਰੀ ਦੇ ਉੱਤੇ ਕੋਵਿਡ ਪੇਸ਼ੈਂਟ ਹੈ ਠੀਕ ਹੈ ਤੋਂ ਇਸ ਤੋਂ ਬਾਅਦ ਥੱਲੇ ਇੱਥੇ ਪਹਿਲਾ ਆਪਸ਼ਨ ਆਉਂਦੀ ਸੀ ਰਜਿਸਟਰ ਐਜ਼ ਅ ਲੇਬਰ ਜੋ ਕਿ ਹੁਣ ਨਹੀਂ ਆ ਰਹੀ ਤੁਸੀਂ ਉਹ ਆਪਸ਼ਨ ਦਰਾਨੀ ਹੈ ਮੈਨੂ ਦੇ ਵਿੱਚ ਮੈਨੂ ਵਿੱਚ ਕਲਿੱਕ ਕਰੋਗੇ ਤੇ ਤੁਸੀਂ ਦੇਖ ਸਕਦੇ ਹੋ ਜਿਵੇਂ ਕਿ ਇੱਥੇ ਰਜਿਸਟਰਡ ਐਜ਼ ਅ ਲਾਇਬਰੀਰੀ ਆਪਸ਼ਨ ਇਸ ਸਾਈਡ ਤੇ ਆ ਗਈ ਹੈ ਤੋਂ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਲਾਈਕ ਕਰੋ ਸ਼ੇਅਰ ਕਰੋ ਜੇ ਤੁਹਾਨੂੰ ਚੰਗੀ ਲੱਗੀ ਹੈ ਤਾਂ ਪਲੀਜ਼ ਕਮੈਂਟ ਕਰੋ ਹੋਰ ਜਾਣਕਾਰੀ ਲਈ ਚੈਨਲ ਤੇ ਪਈਆਂ ਕੋਵਾ ਆਪਣਾ ਰਿਲੇਟਡ ਵੀਡੀਓਜ਼ ਦੇਖ ਸਕਦੇ ਹੋ keep sporting guys subscribe the channel